ਕੋਸ਼ਿਸ਼ ਹੋ ਰਹੀ ਆ ਮੇਰੇ ਭੈਣੋ ਭਰਾਵੋ, ਅੱਜ ਇੱਕ ਪੰਜਾਬਣ ਹੋ ਕੇ ਮੈਂ ਮਸੀਹ ਦਾ ਪ੍ਰਚਾਰ ਕਰਦੀ ਆ। ਇਸ ਗੱਲ ਦਾ ਇਤਰਾਜ਼ ਬਹੁਤ ਸਾਰੇ ਪੰਜਾਬੀਆਂ ਨੂੰ ਆ, ਬਹੁਤ ਸਾਰੇ ਲੋਕਾਂ ਨੂੰ ਆ, ਪਰ ਅਗਰ ਇਹੀ ਪੰਜਾਬਣ ਬਾਲੀਵੁੱਡ ਦੇ ਵਿੱਚ ਜਾ ਕੇ ਇਤਰਾਜ਼ ਜੋਗ ਕੱਪੜੇ ਪਾ ਕੇ ਇਤਰਾਜ਼ ਜੋਗ ਕਿਰਦਾਰ ਨਿਭਾਉਂਦੀ ਹੁੰਦੀ, ਹਰ ਘਰ ਵਿੱਚ ਇਸ ਪੰਜਾਬਣ ਦੀਆਂ ਫਿਲਮਾਂ ਚੱਲਣੀਆਂ ਸੀ, ਪਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਸੀ। ਹੋ ਸਕਦਾ ਇਹੀ ਪੰਜਾਬਣ ਉਹਨਾਂ ਦੀ ਫੇਵਰੇਟ ਹੀਰੋਇਨ ਹੁੰਦੀ। ਅਗਰ ਇਹ ਪੰਜਾਬਣ ਕੋਈ ਡਾਂਸਰ ਹੁੰਦੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਸੀ। ਉਹੀ ਜਿਹੜੇ ਇਤਰਾਜ਼ ਕਰਦੇ ਆ, ਉਹਨਾਂ ਨੇ ਆਪਣੇ ਬੇਟੇ ਬੇਟੀਆਂ ਦੇ ਵਿਆਹਾਂ ਵਿੱਚ ਇਸ ਪੰਜਾਬਣ ਨੂੰ ਪੈਸੇ ਦੇ ਕੇ ਸੱਦਣਾ ਸੀ। ਅਗਰ ਇਹ ਪੰਜਾਬਣ ਅਸ਼ਲੀਲ ਤੇ ਹੋਰ ਤਰ੍ਹਾਂ ਦੇ ਗੀਤ ਗਾਉਣ ਵਾਲੀ ਹੁੰਦੀ ਤਾਂ ਹਰ ਘਰ ਦੇ ਵਿੱਚ ਇਹਦੇ ਗਾਣੇ ਚੱਲਣੇ ਸੀ, ਹਰ ਕਾਰ ਦੇ ਵਿੱਚ ਇਹਦੇ ਗੀਤ ਚੱਲਣੇ ਸੀ। ਪਰ ਅਗਰ ਅੱਜ ਇਹ ਪੰਜਾਬਣ ਸਿਰ ਤੇ ਚੁੰਨੀ ਲੈ ਕੇ ਔਰਤ ਹੋਣ ਦੀ ਮਾਨ ਮਰਿਆਦਾ ਨੂੰ ਬਰਕਰਾਰ ਰੱਖ ਕੇ ਪਾਪਾਂ ਤੋਂ ਤੌਬਾ ਕਰਕੇ ਪ੍ਰਭੂ ਯਸੂ ਮਸੀਹ ਦੇ ਨਾਮ ਦਾ ਪ੍ਰਚਾਰ ਕਰ ਰਹੀ ਆ, ਤੇ ਅੱਜ ਇਹਨਾਂ ਦੇ ਢਿੱਡ ਦੁੱਖ ਰਹੇ ਆ। ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀਆਂ ਧੀਆਂ ਆਪਣੀ ਇੱਜ਼ਤ ਨੂੰ ਗਵਾ ਕੇ ਪੰਜਾਬਣਾ ਬਣਨ? ਅਗਰ ਤੁਸੀਂ ਰੋਕਣਾ ਚਾਹੁੰਦੇ ਹੋ, ਮਸੀਹੀ ਕੌਮ ਨੂੰ ਚੰਗੇ ਕੰਮਾਂ ਤੋਂ ਨਾ ਰੋਕੋ। ਰੋਕਣ ਵਾਲਿਓ ਸੁਣੋ, ਅੱਜ ਇਸ ਪੰਜਾਬਣ ਦੀ ਆਵਾਜ਼ ਨੂੰ ਸੁਣੋ। ਰੋਕਣ ਦੇ ਲਈ ਦੁਨੀਆ ਉੱਤੇ ਹੋਰ ਬਹੁਤ ਸਾਰੇ ਕੰਮ ਹਨ। ਰੋਕਣਾ ਆਉਂਦੇ ਜਾਓ, ਉਹਨਾਂ ਨੂੰ ਰੋਕੋ ਜਿਹੜੇ ਨਿੱਤ ਸ਼ਰਾਬਾਂ ਪੀ ਕੇ ਆਪਣੀਆਂ ਤੀਵੀਆਂ ਨੂੰ ਕੁੱਟਦੇ ਆ। ਰੋਕਣਾ ਆਉਂਦੇ ਵੱਧ ਰਹੀ ਬੇਰੁਜ਼ਗਾਰੀ ਨੂੰ ਰੋਕੋ। ਰੋਕਣਾ ਆਉਂਦੇ ਸ਼ਰੇਆਮ ਹੋ ਰਹੀ ਗੁੰਡਾਗਰਦੀ ਨੂੰ ਰੋਕੋ। ਰੋਕਣਾ ਆਉਂਦੇ ਨਿੱਤ ਦਿਹਾੜੇ ਹੋ ਰਹੇ ਕੰਦਲਾਂ ਨੂੰ ਰੋਕੋ। ਰੋਕਣਾ ਆਉਂਦੇ ਨਿੱਤ ਹੋ ਰਹੇ ਬਲਾਤਕਾਰਾਂ ਨੂੰ ਰੋਕੋ। ਕੀ ਤੁਹਾਨੂੰ ਪ੍ਰਾਰਥਨਾ ਕਰਦਿਆਂ ਨੂੰ ਰੋਕਦਿਆਂ ਹੋਇਆ ਸ਼ਰਮ ਨਹੀਂ ਆਉਂਦੀ? ਕੀ ਪ੍ਰਾਰਥਨਾ ਕਰਦਿਆਂ ਨੂੰ ਰੋਕਣਾ ਤੁਹਾਡਾ ਧਰਮ ਤੁਹਾਨੂੰ ਸਿਖਾਉਂਦਾ ਆ? ਰੋਕਣਾ ਆਉਂਦੇ ਪਾਪ ਨੂੰ ਰੋਕੋ। ਮਸੀਹ ਵਿੱਚ ਚੱਲ ਕੇ ਲੋਕਾਂ ਨੂੰ ਸਹੀ ਰਾਹ ਤੇ ਪੈਣ ਤੋਂ ਰੋਕਣ ਨਾਲੋਂ ਚੰਗਾ ਆ ਇਸ ਦੁਨੀਆ ਉੱਤੇ ਫੈਲੀ ਹੋਈ ਹਨੇਰ ਕਰਦੀ ਨੂੰ ਰੋਕੋ। ਰੋਕਣਾ ਆ ਤਾਂ ਉਹਨਾਂ ਬੱਚਿਆਂ ਨੂੰ ਰੋਕੋ ਜਿਹੜੇ ਟੁਕੜੇ ਟੁਕੜੇ ਜ਼ਮੀਨ ਦਾ ਕਰਕੇ ਆਪਣੇ ਮਾਂ ਪਿਓ ਨੂੰ ਮੌਤ ਦੇ ਘਾਟ ਉਤਾਰ ਰਹੇ ਆ। ਰੁਕਣਾ ਆ ਤੇ ਆਪਣੇ ਬੱਚਿਆਂ ਨੂੰ ਰੋਕੋ ਜਿਹੜੇ ਮੁੰਡੇ ਮੁੰਡੇ ਵਿਆਹ ਕਰਾ ਰਹੇ, ਕੁੜੀਆਂ ਕੁੜੀਆਂ ਵਿਆਹ ਕਰਾ ਰਹੀਆਂ ਆ। ਰੋਕਣ ਨੂੰ ਇਸ ਦੁਨੀਆ ਤੇ ਬਹੁਤ ਕੰਮ ਆ। ਰੋਕਣਾ ਬੇਰੁਜ਼ਗਾਰੀ ਨੂੰ ਰੋਕੋ, ਰੋਕਣਾ ਹਰਾਮਕਾਰੀਆਂ ਨੂੰ ਰੋਕੋ, ਰੋਕਣਾ ਲੜਾਈਆਂ ਝਗੜਿਆਂ ਨੂੰ ਰੋਕੋ, ਰੋਕਣਾ ਗੈਂਗਵਾਰ ਨੂੰ ਰੋਕੋ, ਪਰ ਮਸੀਹੀ ਲੋਕਾਂ ਨੂੰ ਨਾ ਰੋਕੋ, ਕਿਉਂਕਿ ਇਹ ਤੁਹਾਡੀ ਚੜ੍ਹਦੀ ਕਲਾ ਲਈ, ਇਹ ਤੁਹਾਡੀ ਭਲਾਈ ਲਈ, ਸੰਸਾਰ ਦੇ ਹਨੇਰੇ ਵਿੱਚੋਂ ਨਿਕਲਣ ਦੇ ਲਈ, ਔਰ ਚਾਨਣ ਦੇ ਫੈਲਣ ਦੇ ਲਈ, ਔਰ ਦੁਨੀਆ ਹੱਸਦੀ ਤੇ ਵਸਦੀ ਰਹੇ, ਇਹ ਸਦਾ ਦੁਆਵਾਂ ਕਰਦੇ ਰਹਿੰਦੇ ਆ। ਇਹਨਾਂ ਨੂੰ ਨਾ ਰੋਕੋ। ਮਸੀਹ ਇਸ ਸੰਸਾਰ ਉੱਤੇ ਆਇਆ ਪ੍ਰੇਮ ਦਾ ਸੁਨੇਹਾ ਦੇਣ ਦੇ ਲਈ। ਅਗਰ ਮਸੀਹੀ ਕੌਮ ਅਗਰ ਸ਼ਾਂਤ ਬੈਠੀ ਹੋਈ ਆ, ਇਸ ਲਈ ਨਹੀਂ ਕਿ ਇਹਨਾਂ ਦੇ ਹੱਥਾਂ ਦੀਆਂ ਚੂੜੀਆਂ ਦੇ ਟੁੱਟਣ ਤੋਂ ਇਹ ਡਰਦੇ ਆ, ਇਹ ਇਸ ਲਈ ਸ਼ਾਂਤ ਬੈਠੇ ਆ ਕਿਉਂਕਿ ਮਸੀਹ ਨੇ ਆਪਣਾ ਪ੍ਰੇਮ ਇਹਨਾਂ ਦੇ ਦਿਲਾਂ ਵਿੱਚ ਐਸਾ ਪਾਇਆ ਆ। ਉਹਨੇ ਕਿਹਾ, ਕਹਿੰਦਾ ਹੇ ਪਿਤਾ, ਇਹਨਾਂ ਨੂੰ ਮਾਫ ਕਰ, ਕਿਉਂ ਜੋ ਇਹ ਨਹੀਂ ਜਾਣਦੇ ਕੀ ਕਰਦੇ ਆ। ਅਗਰ ਮਸੀਹ ਕੌਮ ਚੁੱਪ ਆ ਤੇ ਉਹ ਇਸੇ ਲਈ ਚੁੱਪ
ਖੁਦਾ ਤੁਹਾਡਾ ਚਾਨਣ ਇਹਨਾਂ ਉੱਤੇ ਚਮਕੇ ਔਰ ਤੁਹਾਡਾ ਪ੍ਰੇਮ ਇਹਨਾਂ ਦੇ ਦਿਲਾਂ ਵਿੱਚ ਛਾ ਜਾਵੇ ਤਾਂ ਜੋ ਮੇਰੇ ਪ੍ਰਭੂ ਇਸ ਸੰਸਾਰ ਵਿੱਚ ਫਿਰ ਤੋਂ ਸੁੱਖ ਦੇ ਦਿਨ ਆਉਣ ਔਰ ਪਿਤਾ ਤੁਹਾਡੀ ਮਰਜ਼ੀ ਉਹਦਾ ਪੂਰੀ ਹੋਵੇ ਜਿੱਦਾਂ ਸਵਰਗ ਦੇ ਵਿੱਚ ਹੁੰਦੀ ਆ।